ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਜਿਸ ਕਵੀ ਬਾਰੇ ਗੱਲ ਕਰਾਂਗੇ ਉਹ ਹੈ ਬਿਰਹਾ ਦੇ ਕਵੀ ਵਜੋਂ ਜਾਣੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਜੀ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਕਵਿਤਾ ਦਾ ਲੋਕਪ੍ਰਿਯ ਕਵੀ ਹੈ। ਉਸਦੀ ਕਵਿਤਾ ਵਿੱਚ ਲੈ, ਤਾਲ ਅਤੇ ਸੁਰਤਾਲ ਦਾ ਸੁਮੇਲ ਹੈ। ਉਹ ਪੰਜਾਬੀ ਦਾ ਇੱਕੋ ਇੱਕ ਅਜਿਹਾ ਕਵੀ ਹੈ ਜਿਸ ਨੂੰ ਮੱਧਕਾਲੀ ਕਵੀਆਂ ਤੋਂ ਮਗਰੋਂ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ। ਬਟਾਲਵੀ ਦਾ ਜਨਮ 1937 ਈਸਵੀ ਵਿੱਚ ਪਿੰਡ ਲੋਟੀਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ। ਬਹੁਤ ਸਮਾਂ ਬਟਾਲਾ ਵਿੱਚ ਗੁਜ਼ਾਰਨ ਸਦਕਾ ਉਸਦਾ ਤਖੱਲਸ ਬਟਾਲਵੀ ਬਣ ਗਿਆ ਸੀ। ਉਹ ਸ਼ੁਰੂ ਤੋਂ ਹੀ ਮਸਤ ਮਲੰਗ ਰੁਚੀਆਂ ਦਾ ਮਾਲਕ ਸੀ। ਪੜ੍ਹਾਈ ਵਧੇਰੇ ਗੰਭੀਰਤਾ ਨਾਲ ਨਹੀਂ ਸੀ ਕੀਤੀ, ਪਰੰਤੂ ਤੀਖਣ ਬੁੱਧੀ ਦਾ ਮਾਲਕ ਹੋਣ ਕਰਕੇ ਅਕਸਰ ਵਜ਼ੀਫਾ ਲੈਂਦਾ ਸੀ। ਕਾਲਜ ਵਿੱਚ ਦਾਖਲ ਹੋਣ ਸਮੇਂ ਹੀ ਉਸਨੇ ਵਜ਼ੀਫਾ ਪ੍ਰਾਪਤ ਕਰ ਲਿਆ ਸੀ ਅਤੇ ਉਹ ਇੱਕ ਚੰਗਾ ਗਾਇਕ ਬਣ ਚੁੱਕਿਆ ਸੀ। ਕਾਲਜ ਸਮਾਗਮਾਂ ਦਾ ਸ਼ਿੰਗਾਰ ਸ਼ਿਵ ਕੁਮਾਰ ਹੀ ਹੁੰਦਾ ਸੀ। ਸ਼ਿਵ ਦਾ ਪਿਤਾ ਕ੍ਰਿਸ਼ਨ ਗੋਪਾਲ ਪਟਵਾਰੀ ਵਜੋਂ ਕਾਰਜ ਕਰਦਾ ਸੀ। ਪਿਤਾ ਨੇ ਪੁੱਤਰ ਨੂੰ ਵੀ ਪਟਵਾਰੀ ਬਣਾ ਲਿਆ ਸੀ, ਪਰੰਤੂ ਸ਼ਿਵ ਕੁਮਾਰ ਨੂੰ ਇਹ ਨੌਕਰੀ ਪਸੰਦ ਨਾ ਆਈ। ਫਿਰ ਉਹ ਸਟੇਟ ਬੈਂਕ ਵਿੱਚ ਨੌਕਰੀ ਕਰਦਾ ਸੀ। ਇਸੇ ਸੰਬੰਧ ਵਿੱਚ ਉਸਨੇ ਕਾਫੀ ਸਮਾਂ ਚੰਡੀਗੜ੍ਹ ਗੁਜ਼ਾਰਿਆ ਸੀ, ਪਰ ਉੱਥੋਂ ਦਾ ਜੀਵਨ ਉਸਨੂੰ ਪਸੰਦ ਨਾ ਆਇਆ। 1972 ਵਿੱਚ ਉਸਨੇ ਇੰਗਲੈਂਡ ਦੀ ਯਾਤਰਾ ਵੀ ਕੀਤੀ ਅਤੇ ਫਿਰ ਉੱਥੋਂ ਜਿਗਰ ਦੀ ਬਿਮਾਰੀ ਲੈ ਕੇ ਵਾਪਸ ਭਾਰਤ ਪਰਤਿਆ ਅਤੇ 1973 ਈਸਵੀ ਵਿੱਚ ਪੰਜਾਬੀ ਮਾਂ ਬੋਲੀ ਦਾ ਇਹ ਟਹਿਕਦਾ ਫੁੱਲ ਸਦਾ ਲਈ ਮੁਰਝਾ ਗਿਆ। ਸ਼ਿਵ ਕੁਮਾਰ ਅੰਦਰ ਕਵਿਤਾ ਅਤੇ ਸੰਗੀਤ ਦਾ ਸੁਮੇਲ ਸੀ। ਉਸਦੀ ਕਵਿਤਾ ਦਾ ਸੰਬੰਧ ਭਾਵੇਂ ਸਟੇਜ ਨਾਲ ਸੀ, ਪਰੰਤੂ ਉਹ ਪਰੰਪਰਾਵਾਦੀ ਛੰਦਾਂ ਵਿੱਚ ਨਹੀਂ ਸੀ ਲਿਖਦਾ। ਉਸਨੇ ਰਵਾਇਤੀ ਕਵੀਆਂ ਨਾਲੋਂ ਬਿਲਕੁਲ ਅਨੋਖਾ ਰਾਹ ਚੁਣਿਆ ਅਤੇ ਆਪਣਾ ਪ੍ਰਭਾਵ ਕਾਇਮ ਰੱਖਿਆ ਸੀ। ਸ਼ਿਵ ਨੇ ਪੇਂਡੂ ਜੀਵਨ ਨੂੰ ਆਪਣੇ ਤਨ 'ਤੇ ਹੰਢਾਇਆ ਸੀ। ਪਿੰਡ ਦੀ ਗਰੀਬੀ ਦਾ ਉਸਨੂੰ ਨਿਕਟਵਰਤੀ ਬੋਧ ਪ੍ਰਾਪਤ ਸੀ। ਉਸਨੂੰ ਪੇਂਡੂ ਰਹਿਤਲ ਅਤੇ ਉਸਦੇ ਦੁਆਲੇ ਦੀ ਪ੍ਰਕਿਰਤੀ ਨਾਲ ਵੀ ਅੰਤਾਂ ਦਾ ਮੋਹ ਸੀ। ਉਸਨੇ ਜੀ ਭਰ ਕੇ ਇਸ ਅਮੀਰ ਖਜ਼ਾਨੇ ਦਾ ਪ੍ਰਯੋਗ ਕੀਤਾ ਹੈ। ਸ਼ਿਵ ਕੁਮਾਰ ਦੀ ਕਵਿਤਾ ਦੀ ਮੌਲਿਕਤਾ ਅਤੇ ਸੱਜਰਾਪਣ ਵੀ ਉਹਨਾਂ ਬਿੰਬਾਂ ਪ੍ਰਤੀਕਾਂ ਸਦਕਾ ਹੀ ਹੈ ਜਿਹੜਾ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਤੂੰ ਸੁਲਤਾਨ, ਆਰਤੀ, ਮੈਂ ਅਤੇ ਮੈਂ, ਅਲਵਿਦਾ ਆਦਿ ਉਸ ਦੀਆਂ ਕਾਵਿ ਰਚਨਾਵਾਂ ਹਨ। ਲੂਣਾ ਉਸ ਦੀ ਸ਼ਾਹਕਾਰ ਰਚਨਾ ਹੈ। ਆਟੇ ਦੀਆਂ ਚਿੜੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਤੇ ਲੂਣਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਦਿੱਤਾ ਗਿਆ ਸੀ। ਸ਼ਿਵ ਦੀ ਕਵਿਤਾ ਦਰਦਾਂ, ਭਾਵ ਭਿੰਨੀ, ਸਵਾਦਲੀ, ਅਰਥ ਭਰਪੂਰ, ਸੁਹਜਮਈ ਸੁਰ ਵਾਲੀ ਕ੍ਰਾਂਤੀਕਾਰੀ ਧੁਨੀ ਨਾਲ ਸੰਪੰਨ ਹੈ। ਉਹ ਬਿਰਹਾ ਦਾ ਸੁਲਤਾਨ ਅੱਜ ਵੀ ਲੋਕ ਦਿਲਾਂ ਵਿੱਚ ਜਿਉਂਦਾ ਹੈ। ਧੰਨਵਾਦ।